ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਵਿੱਚ ਬੱਚਿਆਂ ਦੇ ਡਾਕਟਰ ਅਤੇ ਪੰਜਾਬੀ ਦੀ ਮਸ਼ਹੂਰ ਲੇਖਿਕਾ ਡਾਕਟਰ ਹਰਸ਼ਿੰਦਰ ਕੌਰ ਨੂੰ ਮੁਅੱਤਲ ਕੀਤੇ ਜਾਣ ਦੇ ਵਿਰੋਧ ਵਿੱਚ ਡਾਕਟਰ ਧਰਮਵੀਰ ਗਾਂਧੀ ਉਹਨਾਂ ਦੇ ਹੱਕ ਵਿੱਚ ਆਏ ਹਨ। ਇਸ ਮੌਕੇ ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਬਦਲਾਖੋਰੀ ਨੀਤੀ 'ਤੇ ਚੱਲ ਰਹੀ ਹੈ। ਪੰਜਾਬੀ ਦੀ ਉੱਘੀ ਲੇਖਿਕਾ ਅਤੇ ਬੱਚਿਆਂ ਦੇ ਮਸ਼ਹੂਰ ਡਾਕਟਰ ਹਰਸ਼ਿੰਦਰ ਕੌਰ ਨੂੰ ਮੁਅੱਤਲ ਕਰਨ ਦਾ ਡਾਕਟਰ ਧਰਮਵੀਰ ਗਾਂਧੀ ਨੇ ਡਟ ਕੇ ਵਿਰੋਧ ਕੀਤਾ। ਪਟਿਆਲਾ ਵਿੱਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਡਾਕਟਰ ਧਰਮਵੀਰ ਗਾਂਧੀ ਨੇ ਕਿਹਾ ਕਿ ਡਾਕਟਰ ਹਰਸ਼ਿੰਦਰ ਕੌਰ ਅਤੇ ਕਾਂਗਰਸ ਨੇ ਪਾਰਟੀ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਦਬਾਅ ਪਾਇਆ ਜਾ ਰਿਹਾ ਸੀ। ਡਾਕਟਰ ਗਾਂਧੀ ਨੇ ਦਾਅਵਾ ਕੀਤਾ ਕਿ ਕੈਪਟਨ ਹਕੂਮਤ ਨੇ ਡਾਕਟਰ ਹਰਸ਼ਿੰਦਰ ਕੌਰ ਵਿਰੁੱਧ ਕੀਤੀ ਕਾਰਵਾਈ ਬਦਲਾਖੋਰੀ ਦਾ ਪ੍ਰਤੀਕ ਹੈ। ਉਹਨਾਂ ਕਿਹਾ ਕਿ ਕੱਲ੍ਹ ਨੂੰ ਨਤੀਜਿਆਂ ਤੋਂ ਬਾਅਦ ਉਹ ਕਾਂਗਰਸ ਨੂੰ ਮੂੰਹ ਤੋੜਵਾਂ ਜਵਾਬ ਦੇਣਗੇ। ਜੋ ਕਾਂਗਰਸ ਸਰਕਾਰ ਹੈਗੀ ਹੈ ਔਰ ਅੱਜ ਉਹ ਬਦਲਾਖੋਰੂ ਕਾਰਵਾਈ ਨਾਲ ਕਾਰਵਾਈਆਂ ਕਰ ਰਹੀ ਹੈਗੀ ਹੈ, ਜਿਹਦੀ ਉਗੜਵੀਂ ਮਿਸਾਲ ਡਾਕਟਰ ਹਰਸ਼ਿੰਦਰ ਕੌਰ ਨੂੰ ਸਸਪੈਂਡ ਕਰਨਾ ਹੈਗਾ। ਡਾਕਟਰ ਹਰਸ਼ਿੰਦਰ ਕੌਰ ਨੇ ਮੈਨੂੰ ਦੱਸਿਆ ਕਿ ਉਹਨਾਂ ਨੂੰ ਉਹਨਾਂ ਦੇ ਪ੍ਰੈਸ਼ਰ ਸੀਗਾ ਕਿ ਉਹ ਕਾਂਗਰਸ ਦੀ ਮਦਦ ਕਰਨ ਔਰ ਉਹਨਾਂ ਦੀ ਜਿਹੜੀਆਂ ਸਮਾਜਿਕ ਜਥੇਬੰਦੀਆਂ ਜਿਨ੍ਹਾਂ 'ਚ ਮਕਬੂਲ ਨੇ, ਜੋ ਸਮਾਜਿਕ ਕੰਮ ਕਰਦੇ ਨੇ, ਉਹਨਾਂ ਜੁੜੀਆਂ ਜੋ NGOs ਨੇ, ਉਹਨਾਂ ਨੂੰ ਕਾਂਗਰਸ ਹੱਕ 'ਚ ਭੁਗਤਾਉਣ। ਉਹਨਾਂ ਵੱਲੋਂ ਇਨਕਾਰ ਕਰਨ 'ਤੇ ਕਿ ਮੈਂ ਤਾਂ ਸੱਚੇ ਬੰਦੇ ਦੀ ਸੱਚੀ ਸਿਆਸਤ ਦੀ ਹਮਾਇਤੀ ਹੈਗੀ ਹਾਂ, ਤਾਂ ਉਹਨਾਂ 'ਤੇ ਜਾਣਬੁੱਝ ਕੇ ਉਹਨਾਂ ਨੂੰ ਛੁੱਟੀ 'ਤੇ ਸੀਗੇ, ਉਹ 28 ਤਰੀਕ ਤੱਕ ਛੁੱਟੀ ਤੋਂ ਬੁਲਾਇਆ ਗਿਆ, ਇੱਕ ਦਿਨ ਵਾਸਤੇ ਉੱਥੇ ਬਿਠਾਇਆ ਗਿਆ, ਇੱਕ ਵਿਅਕਤੀ ਉੱਥੇ ਪਲਾਂਟ ਕੀਤਾ ਗਿਆ। ਉਸ ਵਿਅਕਤੀ ਦੇ ਹੱਥ ਵਿੱਚ ਹਸਪਤਾਲ ਦੀ ਪਰਚੀ ਹੈ ਜਿਹ 'ਤੇ ਲਿਖਿਆ ਸੀ ਕਿ ਆਹ ਟੈਸਟ DLC ਕਰਵਾਉਣੀ ਹੈ, ਕਿਤੇ ਨਹੀਂ ਸੀ ਲਿਖਿਆ ਕਿ ਬਾਹਰਲੀ ਲੈਬ ਤੋਂ ਕਰਵਾਉਣੀ ਹੈਗੀ ਹੈ। ਉਸ ਬੰਦੇ ਕੋਲੋਂ ਬਾਹਰੋਂ ਲੈਬ ਤੋਂ ਟੈਸਟ ਕਰਵਾ ਕੇ ਮੌਕੇ ਦੇ ਮੌਕੇ ਮੈਡੀਕਲ ਸੁਪਰਡੈਂਟ ਆਉਂਦਾ ਹੈਗਾ ਹੈ ਔਰ ਉਹ ਛਾਪਾ ਮਾਰਦਾ ਹੈਗਾ ਹੈ ਔਰ ਉਹਨਾਂ ਨੂੰ ਪੁਲਿਸ ਲੈ ਕੇ ਆਉਂਦਾ ਹੈਗਾ, ਜਦਕਿ ਉਹ ਕੋਈ ਅਧਿਕਾਰ ਨਹੀਂ ਸੀ ਉਹਨੂੰ ਬਿਨਾਂ ਕਿਸੇ ਆਧਾਰ ਤੋਂ ਉਹਨਾਂ ਦੇ ਪੁਲਿਸ ਲਿਆਉਣ ਦਾ, ਅਤੇ ਉੱਥੇ ਪੁਲਿਸ ਬੁਲਾਉਣ ਦਾ, ਅਤੇ ਉੱਥੇ ਮੀਡੀਆ ਨੂੰ ਵੀ ਬੁਲਾਇਆ ਜਾਂਦਾ ਹੈਗਾ ਹੈ। ਅਤੇ ਉਹਨਾਂ ਨੇ ਉਹਨਾਂ ਨੂੰ ਇਸ ਗੱਲ ਦੀ ਸਜ਼ਾ ਦਿੱਤੀ ਜਾ ਰਹੀ ਹੈਗੀ ਹੈ ਕਿ ਉਹਨਾਂ ਨੇ ਮਹਿਲਾਂ ਦੇ ਕਹਿਣ ਦੇ ਉੱਤੇ ਮਹਿਲਾਂ ਦੀ ਜਿਹੜੀ ਹਮਾਇਤ ਕਰਨ ਦਾ, ਕਾਂਗਰਸ ਦੀ ਹਮਾਇਤ ਕਰਨ ਦਾ ਉਹਨਾਂ ਨੇ ਨਾਂਹ ਕੀਤੀ ਹੈ। ਪਟਿਆਲਾ ਤੋਂ ਚਰਨਜੀਤ ਸਿੰਘ ਕੋਹਲੀ ਦੀ ਰਿਪੋਰਟ।